ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਸ਼ਖਰੀ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਪੱਟੀ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸ਼ਖਰੀ ਦੀ, ਅਤੇ ਨਾਲ ਲੱਗਦਾ ਪਿੰਡ ਸਰਾਲੀ ਮੰਡ। ਸਰਿਆਲੀ ਕਲਾਂ ਤੋਂ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਆ। ਨਸ਼ਹਿਰਾ ਪੰਨੂਆਂ ਵੀ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਦੋਸਤੋ। ਨਾਲ ਲੱਗਦਾ ਪਿੰਡ ਜੱਲੇਵਾਲ, ਅਤੇ ਵੀਰ ਸਰਬਜੀਤ ਸਿੰਘ ਹੋਣਾਂ ਦੇ ਘਰ ਪਹੁੰਚੇ ਹਾਂ ਦੋਸਤੋ। ਸਰਬਜੀਤ ਸਿੰਘ ਵੀਰ ਹੋਣਾਂ ਦੇ ਫਾਰਮ 'ਤੇ ਆਏ ਹਾਂ। ਪਿਛਲੀ ਵਾਰ ਵੀ ਦੋਸਤੋ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ। ਪਸ਼ੂ ਵਪਾਰ ਦਾ ਕੰਮ ਆ, ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ। ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਜਿਹੜਾ ਸੰਪਰਕ ਉਹ ਬਣਾ ਕੇ ਰੱਖ ਸਕਦੇ ਜੀ। ਆਏ ਨਵੇਂ ਪਸ਼ੂਆਂ ਬਾਰੇ ਤੁਸੀਂ ਵਧੇਰੇ ਡਿਟੇਲ ਜਿਹੜੀ ਆ ਦੋਸਤੋ ਲੈ ਸਕਦੇ ਜੀ। ਨੰਬਰ ਬਿਲਕੁਲ ਸਕਰੀਨ 'ਤੇ ਥੱਲੇ ਚੱਲਦੇ ਰਹਿਣਗੇ। ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਸਕਦੇ ਜੇ, 12 ਫਰਵਰੀ ਆ। ਸਮਾਂ ਕੋਈ ਦੁਪਹਿਰ ਦੇ ਦੋਸਤੋ 12 ਵਜੇ ਦਾ ਸਮਾਂ ਹੈਗਾ। ਬਾਕੀ 3 ਪਸ਼ੂ ਦਿਖਾਉਣੇ ਆ, 3 ਵਹਿੜਾਂ ਨੇ, 3 ਗੱਬਣ ਆ। ਕਿੰਨੇ ਕਿੰਨੇ ਦਿਨ ਹਜੇ ਬਾਕੀ ਆ ਸੁਣਨ ਦੇ ਵਿੱਚ, ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜੇ ਰਿਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ। ਠੀਕ ਆ ਜੀ, ਆਓ ਚੱਲਦੇ ਹਾਂ ਵਧੇਰੇ ਡਿਟੇਲ ਦੇ ਲਈ ਭਾਅ ਜੀ ਸਰਬਜੀਤ ਸਿੰਘ ਹੋਣਾਂ ਦੇ ਕੋਲ। ਸਭ ਤੋਂ ਪਹਿਲਾਂ ਭਾਅ ਜੀ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹੋਰ ਠੀਕ ਠਾਕ ਜੀ? ਸਿਹਤ ਠੀਕ ਠਾਕ, ਵਧੀਆ ਜੀ, ਦਇਆ ਕਿਰਪਾ ਮਾਲਕ। ਠੀਕ ਹੈ ਜੀ। ਅੱਛਾ ਭਾਅ ਜੀ ਸਰਬਜੀਤ ਜੀ, ਅੱਜ ਪਸ਼ੂ ਆਪਣੇ ਕੋਲ 3 ਬਕਾਊ ਨੇ। ਹਾਂਜੀ ਪਸ਼ੂ ਦੇ ਵੀਰ ਜੀ, ਉਸ ਤਰ੍ਹਾਂ 4-5 ਇਹ 2 ਸੂਈਆਂ ਗਾਂ ਦੇ, ਥੋੜ੍ਹੀ ਡਾਊਨ ਹੋ ਗਈ ਨਹੀਂ ਪਾਈ ਹੈ। ਤਾਜ਼ੀਆਂ ਸੂਈਆਂ ਸੀ? ਤਾਜ਼ੀਆਂ ਤਾਜ਼ੀਆਂ ਜੀ। ਠੀਕ ਹੈ ਜੀ। ਹਾਂਜੀ ਹੁਣ ਗੱਬਣੀਆਂ ਪਸ਼ੂ ਕਿੰਨੇ? ਠੀਕ ਹੈ ਜੀ, ਹੁਣ ਜਿਹੜੇ ਫਿਲਹਾਲ ਆਪਾਂ ਦਿਖਾਉਣੇ ਆ ਗੱਬਣੀ ਦਿਖਾਉਣੇ ਆ। ਹਾਂਜੀ ਹਾਂਜੀ, ਗੱਬਣੀ ਦਿਖਾਉਣੀ। ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਪਸ਼ੂ ਪਾਏ ਸੀ, ਹੋ ਗਏ ਸੀ ਸੇਲ ਜੀ? ਉਦਣ ਹੀ ਵੀਰ ਜੀ। ਠੀਕ ਹੈ, ਉਸ ਤੋਂ ਬਾਅਦ ਤਾਂ ਤੁਸੀਂ ਦੱਸਿਆ ਵੀ ਕਾਫੀ ਪਸ਼ੂ ਵੇਖੋਗੇ। ਕਾਫੀ ਅਸੀਂ ਟਾਈਮ ਹੀ ਅਸੀਂ ਦੇ ਰਹੇ ਹਾਂ ਵੀ ਵੀਡੀਓ ਪਾਈਏ ਕੋਈ ਨਾ ਕੋਈ, ਜਦੋਂ 3-4 ਡੰਗਰ ਇਕੱਠੇ ਹੁੰਦੇ ਉਦੋਂ ਸੇਲ ਹੋ ਜਾਂਦੇ ਆ। ਸੇਲ ਹੋ ਜਾਂਦੇ ਆ, ਬਿਲਕੁਲ ਜੀ ਬਿਲਕੁਲ। ਬਾਕੀ ਦੋਸਤੋ ਪਸ਼ੂ ਵਪਾਰ ਦਾ ਕੰਮ ਆ, ਅਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਭਾਅ ਜੀ ਹੁਣੀ। ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ, ਬਾਕੀ ਨਵੇਂ ਨਵੇਂ ਪਸ਼ੂ ਆਉਂਦੇ ਆ, ਇੱਥੇ ਤੁਸੀਂ ਆਪਦਾ ਕੰਟੈਕਟ ਬਣਾ ਕੇ ਰੱਖ ਸਕਦੇ ਜੇ। ਇੱਕ ਪਾਸਿਓਂ ਸ਼ੁਰੂਆਤ ਕਰਾਂਗੇ, ਇੱਕ ਤੁਹਾਨੂੰ ਜਰਸੀ ਵਹਿੜ ਦਿਖਾਵਾਂਗੇ, ਇੱਕ ਸ਼ਾਹੀਵਾਲ ਦਾ ਕ੍ਰੋਸ ਅਤੇ ਇੱਕ HF ਦਾ ਕ੍ਰੋਸ, ਇਹ ਵਹਿੜਾਂ ਨੇ। ਅਤੇ ਬਾਕੀ ਪੂਰੀ ਡਿਟੇਲ ਆਪਾਂ ਲੈਂਦੇ ਹਾਂ, ਆਓ ਇੱਕ ਬੰਨਿਓ ਸ਼ੁਰੂਆਤ ਕਰ ਲੈਂਦੇ ਹਾਂ। ਅੱਛਾ ਭਾਅ ਜੀ ਸਰਬਜੀਤ ਸਿੰਘ ਜੀ, ਇੱਧਰੋਂ ਕਰ ਲਈਏ ਸ਼ੁਰੂਆਤ, ਪਹਿਲੇ ਨੰਬਰ ਤੋਂ ਜਰਸੀ ਤੋਂ। ਇੱਧਰੋਂ ਕਰ ਲਓ ਜੀ। ਹਾਂਜੀ, ਅਤੇ ਬਰੀਡ ਵਿੱਚ ਜਰਸੀ ਹੈ ਜੀ? ਇਹ ਜਰਸੀ ਆ ਵੀਰ ਜੀ। ਠੀਕ ਹੈ ਜੀ। ਤੀਜਾ ਸੂਆ ਸੁੰਦੀ ਆ। ਓਕੇ, ਅਤੇ 5-6 ਦਿਨ ਮਤਲਬ ਖੜਦੀ ਆ। ਠੀਕ ਹੈ ਜੀ। ਅਤੇ ਦੁੱਧ ਦੀ ਰਿਟੇਲ 14-15 ਲੀਟਰ ਦੇ ਵਿੱਚ ਮਤਲਬ। ਠੀਕ ਹੈ, ਭਰੂਗੀ ਦੁੱਧ ਇੰਨਾ? ਹਾਂਜੀ ਹਾਂਜੀ, ਇੰਨਾ ਭਰੂਗੀ। ਓਕੇ ਓਕੇ, 14 ਪੀ 7 ਕੁ ਦਿਨ ਅਜੇ ਲੈ ਜੂਗੀ ਕਿ ਇੰਨਾ ਕਿ ਇੰਨਾ ਕੁ ਹਫ਼ਤੇ ਦੇ ਅੰਦਰ ਬਾਹਰ ਅਜੇ ਲੈ ਜਾਣਾ ਜੀ? ਠੀਕ ਹੈ ਜੀ। ਠੰਡੀ ਤੀ ਆ। ਲਓ ਦੋਸਤੋ, ਇੱਕ ਹਫ਼ਤਾ ਹਜੇ ਸਮਾਂ ਬਾਕੀ ਆ, ਸੂਆ ਤੇਜਾ ਇਹ ਵਹਿੜ ਸੁਣ ਜਾ ਰਹੀ ਆ। ਕੱਦ ਨੋਰਮਲੀ ਆਪਾਂ ਇੱਕ ਪੰਜਾਬ ਦੀ ਜਰਸੀ ਦੋਸਤੋ ਅੰਗ ਕੇ ਕੋਈ ਸੌਦਾ ਕਰ ਸਕਦਾ ਵੀਰ, ਪੰਜਾਬ ਦੀ ਜਰਸੀ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ। ਥਣ ਥਣ ਬਹੁਤ ਵਧੀਆ। ਠੀਕ ਆ, ਥਣ ਗੁੱਲ ਥਣ ਆ, ਬਾਕੀ ਲੇਵੇ ਦੇ ਵਿੱਚ ਢਿੱਲਾਂ ਢੁੱਲਾਂ ਕਾਫੀ ਜ਼ਿਆਦੀਆਂ ਨੇ ਮੋਸਟਲੀ, ਆ ਵੇਖ ਕੇ ਵੇਖਦੇ ਹਾਂ ਸਾਰ ਵੀਰਾਂ ਨੂੰ ਪਤਾ ਲੱਗ ਹੀ ਜਾਣਾ। ਕਾਫੀ ਬਖਾਲਾ ਜਿਹੜਾ ਦੋਸਤੋ ਤਿਆਰ ਕਰੂਗੀ, ਹਜੇ 5-7 ਕੁ ਦਿਨ ਕੱਢ ਜੂਗੀ ਅਜੇ। ਠੀਕ ਹੈ। ਸੋ ਰੰਗ ਵੀ ਗਰੇ ਜਿਹਾ ਕਲਰ ਆ, ਗਰੇ ਜਿਹੇ ਕਲਰ ਦੇ ਵਿੱਚ ਆ, ਵਾਈਟ ਅਤੇ ਗਰੇ ਦਾ ਕੰਬੀਨੇਸ਼ਨ ਜਿਹਾ। ਬਾਕੀ ਇੱਕ ਵਾਰੀ ਥੋੜ੍ਹਾ ਜਿਹਾ ਤੁਹਾਨੂੰ ਨੇੜੇ ਤੋਂ ਆਪਾਂ ਥਣ ਪੂਰਾ ਤਸੱਲੀ ਨਾਲ ਜ਼ਰੂਰ ਦਿਖਾ ਦਿੰਦੇ ਹਾਂ। ਬਾਕੀ ਠੰਡੀ ਧੇਰੀ ਬਹੁਤ ਜ਼ਿਆਦੀ ਆ, ਭਾਵੇਂ ਇਤਨਾ ਕੋਈ ਮਿਲ ਜਾਏ। ਠੀਕ ਹੈ ਜੀ। ਅਤੇ ਇਹ ਭਾਅ ਜੀ ਕੀ ਡਿਮਾਂਡ ਕਰਦੇ ਆ ਜੀ ਫਿਰ? ਇਹ ਡਿਮਾਂਡ ਤਾਂ ਉਸ ਤਰ੍ਹਾਂ ਵੀਰ ਜੀ, ਭਾਵੇਂ ਜੀ ਇਹਦਾ ਆਪਾਂ 42,000 'ਚੋਂ ਮਾਨ ਤਾਨ ਕਰ ਲਾਂਗੇ ਥੋੜ੍ਹਾ। 42 'ਚੋਂ? ਹਾਂਜੀ ਹਾਂਜੀ। ਠੀਕ ਹੈ ਜੀ, ਮੁੱਲ ਭਾਵੇਂ ਕੋਈ 45 ਕਰ ਦਈਏ, 42 'ਚੋਂ। ਠੀਕ ਹੈ ਜੀ।
ਲਓ ਦੋਸਤੋ, ਡਿਮਾਂਡ ਚਾਹੇ 45 ਜਿੰਨੀ ਮਰਜ਼ੀ ਕੋਈ ਵੀਰ ਮੰਨ ਸਕਦਾ, 42,000 ਦੇ ਵਿੱਚੋਂ ਛੋਟ ਛੱਪਾ ਹੋ ਜੂਗਾ, ਜਿਹੜਾ ਕੋਈ ਘਰ ਵੀਰ ਹੁੰਦਾ 42,000 ਦੇ ਵਿੱਚੋਂ ਮਾਣ ਧਨ ਹੋ ਜੂਗਾ। ਬਾਕੀ ਫੇਸ ਫੂਸ ਕੁਆਲਿਟੀ ਚੰਗੀ ਆ, ਕੱਦ ਕੁੱਦ ਬਹੁਤ ਸੋਹਣਾ, ਰਾਜੀ ਆ, ਵਜਨ ਵੁਜਨ ਪੂਰਾ ਕਰਮ ਵਾਲੀ ਦਾ। ਗਰਮੀ ਦੇ ਮਤਲਬ ਗਰਮੀ ਵਾਲਾ ਬਹੁਤ ਮਾਲ ਆ ਜਾਣਾ ਮਾਲ ਭਾਜੀ, ਅੱਜ ਜਿੰਨਾ ਵੀ ਹੈਗਾ ਸਾਰਾ ਗਰਮੀ ਦੇ ਵਿੱਚ, ਗਰਮੀ ਲੈਵਲ ਦਾ ਹੀ ਅੱਜ ਗਰਮੀ ਵਾਲਾ ਜੀ, ਠੀਕ ਆ। ਅਤੇ ਬਾਅਦ ਦੋਸਤੋ ਅੱਗੇ ਕਰੋਸ ਅੰਗ ਹੀ ਚੱਲਣੇ ਆ, ਅਤੇ ਬਾਕੀ ਬਰੀਡ ਤੁਸੀਂ ਦੇਖ ਹੀ ਲਈ ਆ, ਠੀਕ ਆ, ਜਰਸੀ ਅੰਗ ਦੇ ਵਿੱਚ ਆ, ਛੋਟੇ ਜਿਹੇ ਕੰਨ, ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਇੱਕ ਵਾਰੀ ਜ਼ਰੂਰ ਦੇਖ ਲਓ, ਠੀਕ ਆ। ਸੋ 42,000 ਦੇ ਵਿੱਚੋਂ ਛੋਟ ਛਾਪਾ ਹੋ ਜੂਗਾ ਇਸ ਬੈਡ ਦਾ। ਇਸ ਤੋਂ ਬਾਅਦ ਭਾਅ ਜੀ ਜਿਹੜੀ ਸੈਕਿੰਡ ਨੰਬਰ 'ਤੇ ਆਪਣੇ ਕੋਲ ਆ ਗਈ ਸ਼ਾਹੀਵਾਲ ਦੂਜਾ ਸੂਗਾ ਜੀ, ਠੀਕ ਆ ਜੀ, ਇਹ ਜੇ ਕੰਨੀਆਂ ਬਰਾਬਰ ਨਹੀਂ ਹੋਈਆਂ, ਠੀਕ ਆ ਜੀ, ਅਤੇ ਇਹ ਸ਼ਾਹੀਵਾਲ ਸੂਗਾ ਜੀ। ਲਓ ਦੋਸਤੋ, ਇਹ ਹੈ ਥੋੜ੍ਹੀ ਜਿਹੀ ਕਰੋਸ ਅੰਗ ਦੇ ਵਿੱਚ, ਬਹੁਤੇ ਵੀਰ ਭੁਲੇਖਾ ਖਾਂਦੇ ਆ ਵੀ ਵੀਰ ਸ਼ਾਹੀਵਾਲ ਅੰਗ ਦੇ ਵਿੱਚ ਪਿਓਰ ਨਹੀਂ ਗੀ, ਪਿਓਰ ਬੇਸ਼ੱਕ ਦੋਸਤੋ ਨਹੀਂ ਗੀ, ਧੁੰਨ ਨਹੀਂ ਚਲੋ ਹੈਗਾ, ਬੰਨ ਬੁੰਨ ਨਹੀਂ ਹੈਗਾ ਗਾ, ਕਰੋਸ ਅੰਗ ਦੇ ਵਿੱਚ ਆ। ਬਾਕੀ ਠੰਡੀ ਧੀਰੀ ਆ, ਕਰਮ ਵਾਲੀ ਸੀਲ ਸਲਾਗ ਆ ਜਿੰਨੀ ਵੀ ਆ, ਥਣ ਥੁਣ ਬਹੁਤ ਵਧੀਆ। ਅਤੇ ਅੱਛਾ ਭਾਅ ਜੀ, ਇਹ ਸੂਣ ਦਾ ਸਮਾਂ ਕਿੰਨਾ ਕੁ ਪਿਆ ਵੈਸੇ? ਇਹ ਜੀ ਹਫ਼ਤਾ ਲੈ ਜੂਗੀ ਜੀ, ਹਫ਼ਤਾ ਲੈ ਜੂ, ਹਫ਼ਤਾ ਠੀਕ ਆ। ਸੂਆ ਦੂਜਾ ਹੀ ਆ ਫਿਰ? ਦੂਜਾ ਸੂਆ ਜੀ, ਠੀਕ ਆ। ਕੰਨੀਆਂ ਬਰਾਬਰ ਨਹੀਂ ਹੋਈਆਂ, ਠੀਕ ਆ ਜੀ। ਅਤੇ ਦੁੱਧ ਦੀ ਰਿਟੇਲ 13-14 ਦੇ ਵਿੱਚ ਆ, 12-13, ਠੀਕ ਆ ਜੀ, ਫੇਰੀ ਭਰਾਇਆ ਪਹਿਲਾਂ। ਹਾਂ, ਬਾਕੀ ਦੁੱਧ ਵੀ ਇਹਨਾਂ ਦੇ ਚਲੋ ਕਰਮ ਵਾਲੀਆਂ ਦੇ ਸੰਘਣੇ ਹੁੰਦੇ, ਮੱਝਾਂ ਵਾਲਾ ਕੰਮ ਹੀ ਆ। ਹਾਂਜੀ, ਬਾਕੀ ਇਹ ਵੀ ਗਰਮੀ ਵਾਲੀ, ਤੁਹਾਨੂੰ ਪਤਾ ਬਿਲਕੁਲ ਗਰਮੀ ਹੋਣੀ, ਇਹੋ ਚੱਲਣੀਆਂ ਹੋਣਾ ਗਰਮੀ, ਬਿਲਕੁਲ ਜੀ ਬਿਲਕੁਲ। ਹਾਂਜੀ, ਸੋ ਦੋਸਤੋ ਬਹੁਤ ਸੋਹਣੀ ਥਣ ਦੀ ਕੁਆਲਿਟੀ ਆ ਬੈਡ ਦੀ, ਤੁਹਾਨੂੰ ਪੂਰਾ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ, ਕੋਈ ਹਫ਼ਤਾ ਖੰਡ ਸਮਾਂ ਇਹ ਵੀ ਕੱਢਦੀ ਆ ਜੀ, ਕੱਢਦੀ ਹੈ। ਕੱਲ੍ਹ ਦੂਜੇ ਬੰਨੇ ਦੂਜੀ ਸਾਈਡ ਭਾਲ ਹੀ, ਅੱਜ ਉਰਲੀ ਸਾਈਡ ਪੈ ਗਈ, ਜਿਹੜੇ ਪਾਸੇ ਬੈਂਦੀ ਉਧਰਲੇ ਪਾਸੇ ਹੋ ਜਾਂਦੀ ਹੈ, ਠੀਕ ਆ ਜੀ। ਬਾਕੀ ਲਾਲ ਰੰਗ ਆ, ਕੱਦ ਸੋਹਣਾ ਵੈਡ ਦਾ, ਦੂਜਾ ਸੂਆ ਸੁਣਦੀ ਆ। ਅਤੇ ਬਾਕੀ ਆਹ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਦੇ ਹਾਂ ਲੇਵੇ ਹਵਾਨੇ ਤੋਂ, ਠੀਕ ਆ ਜੀ। ਆਹ ਲਓ ਜੀ, ਰੋਕ ਲਓ ਵੀਰ ਜੀ, 2 ਮਿੰਟ ਆਹ ਕਰੋ ਚੱਕ ਜੀ, ਠੀਕ ਆ। ਸੋ ਮੁੱਠੀ ਮੁੱਠੀ ਥਾਣਾ, ਹੱਥੀ ਚਵਾਈ ਵਾਲਾ ਥਾਣਾ, ਅਤੇ ਰੈੱਡ ਕਲਰ ਆ, ਬਿਲਕੁਲ ਗੁੜ ਵਰਗਾ ਰੰਗ ਆ ਦੋਸਤੋ, ਲਾਲ ਰੰਗ ਦੇ ਵਿੱਚ ਆ। ਅਤੇ ਬਾਕੀ ਗਰਦਨ ਝਾਲਰ ਵੀ ਉਸੇ ਤਰ੍ਹਾਂ ਹੀ ਆ ਜਿਹੜੀ, ਠੀਕ ਆ ਜੀ, ਜਿਹੜੇ ਆਪਾਂ ਗਲ ਕੰਬਲ ਕਹਿ ਦਿੰਦੇ ਹਾਂ ਉਹ ਵੀ ਉਸੇ ਤਰ੍ਹਾਂ ਹੈਗੀ ਆ। ਪਰ ਕੁਝ ਕੁ ਜਿਹੜੀਆਂ ਇਹਦੇ 'ਚ ਆਪਾਂ ਪਿਓਰ ਸ਼ਾਹੀਵਾਲ ਦੇ ਵਿੱਚ ਦੇਖਦੇ ਹਾਂ, ਉਹ ਕਰੈਕਟਰੋਂ ਨਿਸ਼ਾਨੀ, ਉਹ ਜਿਹੜੇ ਹੈਗੇ ਕਰੈਕਟਰੋਂ ਮਿਸ ਆ, ਠੀਕ ਆ ਜੀ। ਜਿੱਦਾਂ ਬੰਨ ਬੁੰਨ, ਕੋਈ 2-3 ਇੰਚ ਲੰਬਾ ਧੁੰਨ, ਉਹ ਚੀਜ਼ਾਂ ਮਿਸ ਨੇ, ਪਰ ਹੈ ਕਰੋਸ ਅੰਗ ਦੇ ਵਿੱਚ ਆ, ਥੋੜ੍ਹੀ ਬੁੱਤੀ ਰੱਖਦੀ ਵੀ ਆ, ਹਾਂ ਹਾਂ ਥੋੜ੍ਹੀ ਹੈਗੀ, ਮਨ ਦਿਖਾਉਂਦੀ ਵੀ ਆ, ਪਰ ਬਿਲਕੁਲ ਜੀ। ਆਹ ਲਓ, ਵੈੜ ਚੰਗੀ ਹੈ। ਬਾਕੀ ਦੂਜਾ ਸੂਆ, ਕੰਨੀ ਵਾਲੇ ਦੰਦ ਹਜੇ ਬਰਾਬਰ ਨਹੀਂ ਕੀਤੇ ਗਏ, ਜਾਂ ਕੰਨੀ ਵਾਲੇ ਦੰਦ ਕੱਢ ਲਏ ਵੈਸੇ, ਬਰਾਬਰ ਨਹੀਂ ਕੀਤੇ? ਬਰਾਬਰ ਨਹੀਂ ਜੀ ਕੀਤੇ, ਠੀਕ ਹੈ ਜੀ। ਹਾਂਜੀ, ਅੱਛਾ ਭਾਅ ਜੀ, ਸਰਬਜੀਤ ਸਿੰਘ ਜੀ ਕੀ ਮੰਗ ਕਰਦੇ ਆ ਜੀ, ਕਿੱਥੋਂ ਮੰਗਦੇ ਦੇ ਦੇ ਵੀਰ ਜੀ? ਭਾਵੇਂ 50 ਕਰ ਦਈਏ, ਇਹ 45 ਦੇ ਦਾਂਗੇ। 45 ਦੀ? ਹਾਂਜੀ, ਮਾਨਤਾਨ, ਠੀਕ ਹੈ ਜੀ, 45 ਜਾਂ ਕੋਈ ਵੀਰ ਦਾ ਮਾਨਤਾਨ ਕਰਦਾ, ਠੀਕ ਹੈ ਜੀ। ਲਓ ਦੋਸਤੋ, 45,000 ਦੇ ਵਿੱਚੋਂ ਮਾਨਤਾਨ ਹੋ ਜੂਗਾ, ਵੈੜ ਬਹੁਤ ਚੰਗੀ, ਅਤੇ ਵੈੜ ਸਾਰੀ ਚੰਗੀ ਆ। ਬਾਕੀ ਅੱਗੇ ਗਰਮੀ ਦੇ ਵਿੱਚ ਚੱਲਣ ਵਾਲੀ ਆ ਪੂਰੀ, ਪੂਰੀ ਬਣੂਗੀ ਇਸ ਲਈ। ਬਾਕੀ ਲੜਾ ਲੁੜਾ ਕਾਫੀ ਜਾਂਦੀਆਂ ਨੇ, ਢਿੱਲਾਂ ਢੁੱਲਾਂ ਤੁਸੀਂ ਆਪ ਦੇਖ ਸਕਦੇ ਜੇ, ਬਿਲਕੁਲ ਆਪਾਂ ਜਿੰਨਾ ਵੀ ਹੋ ਸਕਦਾ ਨੇੜੇ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਖਾਣਮੁਖੀ ਖਾਣਵਾ, ਠੀਕ ਹੈ। ਅਤੇ ਹੈ ਕਰਮ ਵਾਲੀ, ਬਿਲਕੁਲ ਠੰਡੀ ਧੀਰੀ ਆ, ਸੀਲ ਸਲਾਗਾ, ਤੋਰੇ ਤਾਰੇ ਤੋਂ ਨੋਰਮਲ ਪਸ਼ੂ ਦਾ ਪਤਾ ਲੱਗ ਜਾਂਦਾ, ਠੀਕ ਹੈ ਜੀ। ਅੱਛਾ ਭਾਅ ਜੀ, ਬਾਕੀ 45,000 ਦੇ ਵਿੱਚੋਂ ਛੋਟ ਛੱਪਾ ਜੀ? ਹਾਂ, ਛੋਟ ਛੱਪਾ ਕਰ ਦਾਂਗੇ, ਮੁੱਲ ਭਾਵੇਂ ਕੋਈ ਜਿਹੜੇ 50 ਕਰ ਦਈਏ, ਭਾਵੇਂ ਕੋਈ, ਠੀਕ ਹੈ ਜੀ, ਠੀਕ ਹੈ, 50 'ਚੋਂ ਛੋਟ ਛੱਪਾ ਕਰ ਦਾਂਗੇ, ਜ਼ਰੂਰ ਜੀ ਜ਼ਰੂਰ, ਮਾਨਤਾਨ ਕਰ ਦਾਂਗੇ। ਅੱਗੇ ਆਪਣੇ ਤੋਂ ਕਾਲੀ ਵੈੜ ਆ ਜੀ, ਠੀਕ ਹੈ ਜੀ, ਦੰਦਵਾ ਜੀ ਇਹਦੇ, ਠੀਕ ਹੈ ਜੀ, ਇਹਦੇ 27-28 ਤਰੀਕ ਨੂੰ ਮਤਲਬ ਦਿਨ ਪੂਰੇ ਹੁੰਦੇ ਆ, ਠੀਕ ਹੈ ਜੀ, ਦਿਨ 15-16 ਜੇ ਰਹਿੰਦੇ, ਠੰਡੀ ਧੀਰੀ ਆ। ਇਹ ਪਹਿਲਣੀ ਸੋਹਣੀ ਆ? ਪਹਿਲਣ ਜੀ, ਛੇ ਛਿੱਗੀ ਆ, ਅਜੇ ਛਿੱਗੀ ਆ ਜੀ, ਛਿੱਗੀ। ਲਓ ਦੋਸਤੋ, 6 ਦੰਦ ਮੂੰਹੋਂ ਦੰਦੀ 6 ਆ,
ਤੇ ਵੱਛੀ ਵੇਖੋ ਕੱਦ ਕੁੱਦ ਬਹੁਤ ਸੋਹਣਾ, ਇੱਕ ਰੰਗ ਬਲੈਕ ਆ, ਕੁਝ ਕੁ ਥੱਲੇ ਹਵਾਨਾ ਨੇਵਾ ਜਿਹੜਾ ਡੋਰ ਸਪੋਰਟ ਦੇ ਤੁਹਾਨੂੰ ਨਜ਼ਰ ਆਉਂਦਾ, ਮਤਲਬ ਥੋੜੇ ਇਹਦੇ 27-28 ਤਰੀਕ ਨੂੰ ਦਿਨ ਪੂਰੇ ਹੁੰਦੇ ਘਰ ਦੇ, 28-27 ਫਰਵਰੀ ਨੂੰ। ਹਾਂਜੀ ਹਾਂਜੀ ਠੀਕ ਆ ਜੀ, ਚੰਗੇ ਦਿਨ ਪਏ ਆ ਫਿਰ ਹਜੇ। ਹਾਂ ਹਜੇ 15-14 ਦਿਨ ਰਹਿੰਦੇ ਆ, 15 ਕੁ ਦਿਨ, 2 ਹਫ਼ਤੇ ਮੰਨ ਕੇ ਕੋਈ ਸੌਦਾ ਕਰੇ। ਹਾਂਜੀ ਹਾਂਜੀ ਉਹਨਾਂ, ਚਲੋ ਉਹਨਾਂ ਜਿਹੜਾ ਕੋਈ ਵੀਰ ਸਾਂਭ ਲੂਗਾ 10 ਦਿਨ ਤੇ ਆਪਾਂ ਉਹਨਾਂ ਜਦੋਂ ਫਿਰ ਤਿਆਰ ਹੋਈ ਜਾ ਫਿਰ। ਬਿਲਕੁਲ ਜੀ, ਸੋ ਲੇਬਟੀ ਦੋਸਤੋ ਥੋੜ੍ਹੀ ਬਾਦੀ ਤੁਹਾਨੂੰ ਵਿਖਾਉਣੇ ਆ ਵੀ ਲਾਏ ਪਈ ਆ, ਅਤੇ ਬਾਕੀ ਕਰਮ ਵਾਲੀ ਨੇ ਪਹਿਲਾਂ ਸੂਬਾ ਸੋਹਣਾ, ਕੱਦ ਕੁੱਦ ਚੰਗਾ ਸੋਹਣਾ ਵੱਡੇ ਕੱਦ ਦੇ ਵਿੱਚ ਆ ਲਓ, ਠੀਕ ਹੈ, ਡੱਕਦੇ ਕੋਈ ਨਹੀਂ ਲੈ ਆਈ, ਠੀਕ ਹੈ ਜੀ। ਸੋ ਟੀਥ ਦੀ ਗੱਲ ਕਰ ਲਈਏ ਦੋਸਤੋ, 6 ਦੰਦ ਹੈਗੀ ਹੈ ਮੂੰਹੋਂ, ਠੀਕ ਆ। ਹਾਂਜੀ ਹਾਂਜੀ, ਬਾਕੀ ਇੱਕ ਵਾਰੀ ਥੋੜ੍ਹਾ ਜਿਹਾ ਤੁਹਾਨੂੰ ਨੇੜਿਓਂ ਦਿਖਾ ਦਈਏ, ਬੱਚੀ ਪਹਿਲਾਂ ਸੂਬਾ ਸੁਣ ਜਾ ਰਹੀ ਹੈ, ਲੜਾਂ ਲੁੜਾਂ ਕਾਫੀ ਜ਼ਿਆਦੀਆਂ, ਢਿੱਲਾ ਢੋਲਾ ਤੁਸੀਂ ਆ ਵੇਖੋ, ਹੱਥ ਫੇਰ ਐਡੀ ਠੰਡੀ ਝੀਰੀ ਜਾਨੀ ਬਈ। ਲਓ ਜੀ ਜੰਮੀ ਬਲੀ ਵਛੀ ਪੂਰੀ ਪੂਰੀ ਸੀਲ ਸਲਾਗਾ ਰਾਜੀ ਆ, ਵਜਨ ਵੁਜਨ ਪੂਰਾ, ਬਾਕੀ ਕੱਦ ਵੀ ਸੋਹਣਾ ਹੈਗਾ, ਠੀਕ ਆ। ਵੱਡਿਆਂ ਪਸ਼ੂਆਂ ਦੇ ਵਿੱਚ ਆਉਂਦੀਆਂ, ਵੱਡੀਆਂ ਬੈੜਾਂ ਦੇ ਵਿੱਚ ਕੋਈ ਵੀਰ ਗਿਣਤੀ ਕਰ ਸਕਦਾ ਇਸ ਬੈੜ ਦੀ, ਵੱਡੇ ਕੱਦ ਕਾਠ ਦੇ ਵਿੱਚ ਆ, ਅਤੇ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਫਿਰ ਥੋੜ੍ਹਾ ਨੇੜਿਓਂ ਦਿਖਾ ਦਈਏ ਆਪਾਂ। ਆਹ ਲਓ ਜੀ ਮੂੰਹ ਕਰਦੇ ਤਾਨ ਮੰਨ, ਹਾਂਜੀ ਆਹ ਲਓ ਜੀ, ਠੀਕ ਹੈ। ਤੱਕਦੇ ਸੋ ਥਣਾ ਥੁਣਾ ਦੇ ਦੋਸਤੋ, ਬਿਲਕੁਲ 4 ਥਾਣਾ ਗਿਣਤੀ ਦੇ ਵਿੱਚ, ਕੋਈ ਫੋਟ ਨਹੀਂ ਕਿਸੇ ਤਰ੍ਹਾਂ ਦਾ, ਕੋਈ ਬੱਚਾ ਨਹੀਂ ਲੱਗਾ ਨਾਲ ਐਕਸਟਰਾ ਨਾਲ, ਠੀਕ ਹੈ। ਬਾਕੀ ਠੰਡੀ ਧੀਰੀ ਬੜੀ ਆ ਜੀ, ਠੰਡੀ ਧੀਰੀ ਦੇ ਏਡੀ ਭਾਵੇਂ ਆਹ ਲੱਥ ਪਈ ਇਹਨੇ ਹਫ਼ਤੇ ਦੇ ਵਿੱਚ ਪੂਰੀ ਹੋਣਾ। ਲਓ ਜੀ ਦੋਸਤੋ ਜੰਮੀ ਬੜੀ ਰੰਗ, ਠੀਕ ਹੈ। ਸੋ ਕਰੋ ਚੈੱਕ, ਕਾਫੀ ਸੋਹਣੀ ਵੱਛੀ ਆ, ਜ਼ਰੂਰ ਕੋਈ ਵੀਰ ਹੱਥ ਪਾ ਸਕਦਾ। ਅਤੇ ਇਹਦਾ ਮੁੱਲ ਕੀ ਰਹੂਗਾ ਜੀ, ਕਿੱਥੋਂ ਤੱਕ ਦੇਣਾ ਜੀ? ਵੇਖੋ ਅੱਜ ਦਾ ਮੁੱਲ ਤੇ ਇਹਦਾ ਆਪਾਂ, ਚਲੋ ਜਿਹੜੇ ਕੋਈ ਵੀਰ ਨੇ ਸਾਹਮਣੀ ਦੇ ਵੱਛੀ ਤਿਆਰ ਹੋਈ ਦਿਸ ਆਵੇ 50,000 ਦੀ ਆ, ਹਾਂਜੀ, ਅਤੇ ਅੱਜ ਆਪਾਂ 40,000 ਦੀ ਦੇ ਦਾਂਗੇ, ਵਿੱਚੋਂ ਮਾਨਤਾਨ ਹੋਰ ਵੀਰ ਦਾ ਕਰ ਦਾਂਗੇ, 38,000 ਦੀ ਦੇ ਦਾਂਗੇ, 38 ਦੀ, ਹਾਂਜੀ। ਲਓ ਵੀ ਦੋਸਤੋ ਜਿਹੜੀ 15 ਦਿਨ ਕੱਚੀ ਆ, ਕੱਚੀ ਜਾਊਂਗਾ। ਲਓ ਵੀ ਭਰਾਵੋ 38,000 ਦੀ ਮਿਲਦੀ ਪਈ ਇਹ ਬੈਡ, ਬਾਕੀ ਕੋਈ ਵੀਰ ਇੱਥੇ ਆਊਗਾ ਨਿਰਾਸ਼ ਨਹੀਂ ਹੋ ਕੇ ਜਾਂਦਾ, ਕਾਫੀ ਸੋਹਣੀ ਆ ਰਾਜੀ, ਉਤਰਾ 50,000 ਦੀ ਬੈਡ ਆ ਜੀ। ਬਿਲਕੁਲ ਜੀ ਬਿਲਕੁਲ, ਤਿਆਰੀ 'ਤੇ ਆ ਵੀ ਕੋਈ ਵੀਰ 2 ਪੈਸੇ ਕੱਢ ਸਕਦਾ 2 ਦਿਨ ਸਾਂਭ ਕੇ ਨੂੰ, ਹਾਂਜੀ, ਠੀਕ ਆ ਜੀ। ਲਓ ਦੋਸਤੋ ਅੱਜ 38,000 ਦੀ ਮਿਲਦੀ ਪਈ ਆ, ਡਿਮਾਂਡ 40 ਆ, ਕੁਛ ਵੀ ਆ, ਪਰ 38,000 ਦੀ ਹਾਂ ਨਾ ਜਿਹੜੀ, ਬਾਕੀ ਵੱਡਾ ਕੱਦ ਕਾਠ ਆ, ਕੋਈ ਵੀਰ ਆਈਡੀਆ ਮੰਨ ਕੇ ਆਵੇ, ਠੀਕ ਆ ਜੀ, ਇੱਕ ਤੱਕ ਕੇ ਆਵੇ ਵੀ ਵੱਡੇ ਕੱਦ ਕਾਠ ਦੀ ਆ, ਵੇਲ ਵੂਲ ਸੋਹਣੀ ਆ ਬੈਠਦੀ, ਅਤੇ ਅੱਗੇ ਕੋਈ ਵੀਰ 2 ਪੈਸੇ ਵਪਾਰ ਦੀ ਲਾਈਨ ਵਿੱਚ ਕੋਈ ਵੀਰ ਲੈ ਕੇ ਜਾਂਦਾ, 2 ਪੈਸੇ ਤੁਸੀਂ ਨਫਾ ਵੀ ਲੈ ਸਕਦੇ ਜੇ, ਕੋਈ 2-4 ਦਿਨ ਜਿਹੜਾ ਤੁਹਾਨੂੰ ਦੱਸਿਆ ਵੀ ਕੋਈ ਹਫ਼ਤਾ ਡੇਢ 2 ਹਫ਼ਤੇ ਸਾਹਮਣੇ ਪੈਣੀ ਹੈ ਜੇ। ਇਹ ਅੱਜ 3 ਪਸ਼ੂ ਸੀਗੇ ਭਾਅ ਜੀ ਸਰਬਜੀਤ ਸਿੰਘ ਹੋਣਾਂ ਦੇ ਕੋਲ, ਅਤੇ ਵਿੱਚ ਕਰੋਸੰਗ ਜਿਹੜੇ ਵਧੇਰੇ ਹੈਗੇ ਆ, ਠੀਕ ਹੈ ਜੀ, ਬਿਲਕੁਲ ਗਰਮੀ ਵਿੱਚ ਪਸ਼ੂ ਸਾਰੇ ਚੱਲਣ ਵਾਲੇ ਆ, ਗਰਮੀ ਵਾਲੇ ਆ ਜੀ, ਠੀਕ ਹੈ ਜੀ। ਅਤੇ ਫਿਲਹਾਲ ਇਹ 3 ਹੀ ਅੱਜ ਪਸ਼ੂ ਸੀ ਆਪਣੇ ਕੋਲ ਜੀ, ਵੀਰ ਜੀ ਪਸ਼ੂ ਤਾਂ ਹੋਰ ਹੈਗੇ ਆ 2-1, ਆਹੋ ਤੁਸੀਂ ਦੱਸਿਆ ਵੀ ਥੋੜ੍ਹਾ ਜਿਹਾ ਫੀਵਰ ਦੇ ਵਿੱਚ ਆ ਗਏ, ਅਤੇ ਕੋਈ ਨਹੀਂ ਸੈੱਟ ਸੁੱਟ ਕਰ ਲਈਏ ਵੀ ਬਾਅਦ ਵਿੱਚ ਕਿਸੇ, ਵੈਸੇ ਉਹ ਸੂਈਆਂ ਆਪਣੇ ਕੋਲ, ਸੂਈਆਂ ਜੀ ਦੋਵੇਂ ਬੈੜਾਂ ਸੀ, ਦੋਵੇਂ ਸੂਈਆਂ ਜੀ, ਠੀਕ ਹੈ। ਕਿੰਨੇ ਦਿਨ ਹੋ ਗਏ ਉਹਨਾਂ ਨੂੰ ਵੈਸੇ ਸੂਈਆਂ? ਇੱਕ ਨੂੰ ਤਾਂ ਅੱਜ 4th-5th ਦੇਣਾ, ਅਤੇ 1 ਨੂੰ ਹਫ਼ਤੇ ਦੇ ਅੰਦਰ ਬਾਹਰ ਆ ਜੀ, ਠੀਕ ਹੈ ਜੀ। ਹਾਂਜੀ ਦੋਸਤੋ ਪਾਈਆਂ ਨੇਗੀਆਂ ਥੋੜ੍ਹੀਆਂ ਜਿਹੀਆਂ ਟੈਂਪਰੇਚਰ ਦੇ ਵਿੱਚ ਸੀਗੀਆਂ, ਇਸ ਕਰਕੇ ਥੋੜ੍ਹਾ ਜਿਹਾ ਟ੍ਰੀਟਮੈਂਟ ਉਹਨਾਂ ਦਾ ਹੋਇਆ ਵਾ, ਇਸ ਕਰਕੇ ਉਹ ਇੱਕ ਸਾਈਡ 'ਤੇ ਕੀਤੀਆਂ ਸੀਗੀਆਂ, ਵੀ ਜਦੋਂ ਇਹ ਠੀਕ ਹੁੰਦੀਆਂ ਨੇ ਤੁਸੀਂ ਉਹਨਾਂ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰ ਲਿਓ। ਫਿਲਹਾਲ ਉਹ ਦੋਵੇਂ ਬੈੜਾਂ ਹੈਗੀਆਂ ਨੇ, ਦੋਵੇਂ ਤਾਜ਼ੀਆਂ ਸੂਈਆਂ ਨੇ, ਅਤੇ ਰੇਟ ਪੜਤਾ ਤੁਸੀਂ ਉਹਨਾਂ ਬੈੜਾਂ ਦਾ ਵੀ ਪੁੱਛ ਸਕਦੇ, ਜੇ ਕੋਈ 2-3 ਦਿਨਾਂ ਤੱਕ ਬਿਲਕੁਲ ਸੈੱਟ ਹੋ ਗਈਆਂ ਤਾਂ ਉਹ ਵੀ ਸੇਲ ਕੀਤੀਆਂ ਜਾਣਗੀਆਂ। ਅਤੇ ਭਾਅ ਜੀ ਸਰਬਜੀਤ ਸਿੰਘ ਜੀ ਇੱਕ ਕੰਟੈਕਟ ਨੰਬਰ ਆਪਣੇ ਬੋਲ ਦਈਏ, 97-93-23-82। ਹਾਂਜੀ ਲਓ ਦੋਸਤੋ ਦੋਵੇਂ ਨੰਬਰ ਸਕਰੀਨ 'ਤੇ ਆਪਾਂ ਚੱਲਦੇ ਕਰ ਦਿਆਂਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ। ਅੱਜ ਵਿਸ਼ੇਸ਼ ਤੌਰ 'ਤੇ ਜਿਹੜੀ ਆਪਣੀ ਖਾਸ ਤੌਰ 'ਤੇ ਵਿਜਿਟ ਸੀਗੇ, ਪਿੰਡ ਸ਼ਗਰੀ ਤੁਸੀਂ ਵਿਜਿਟ ਕਰਨੀ ਆ, ਨੇੜੇ ਸਰਿਆਲੀ, ਕੋਈ 4 ਕਿਲੋਮੀਟਰ ਦੀ ਦੂਰੀ ਆ ਦੋਸਤੋ ਮੇਨ ਨੈਸ਼ਨਲ ਹਾਈਵੇ ਤੋਂ,
ਘਰ ਵਿਜਿਟ ਕਰਕੇ ਤੁਸੀਂ ਦਿਖਾਏ ਗਏ ਪਸ਼ੂਆਂ ਦੀ ਨਰਕ ਪਰਖ ਕਰ ਸਕਦੇ ਜੀ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।